ਸ੍ਰੀਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਅੱਜ ਆਪਾਂ ਆਪਣੇ ਛੋਟੇ ਭਰਾ ਦੀ ਇੱਕ ਦੀ ਡਿਮਾਂਡ ਪੂਰੀ ਕਰਨੀ ਹੈ। ਉਹਨੇ ਮੈਨੂੰ ਕਿਹਾ ਸੀਗਾ ਵੀ ਸਪੈਸ਼ਲ ਫੋਨ ਆਇਆ ਸੀ, ਕਹਿੰਦਾ ਲਾਭ ਹੀਰੇ ਦਾ ਸੌਂਗ ਪਰਚਾ ਯੂਟਿਊਬ 'ਤੇ ਤੂੰ ਪਾਉਣਾ ਗਾ ਕੇ। ਅਤੇ ਡਿਮਾਂਡ ਤਾਂ ਬਹੁਤ ਟਾਈਮ ਦੀ ਸੀਗੀ, ਬਟ ਸੌਰੀ ਵੀਰੇ ਕਿਸੇ ਕਾਰਨ ਕਰਕੇ ਨਹੀਂ ਪਾ ਸਕਿਆ ਤੇਰਾ ਫੇਵਰੇਟ ਸੌਂਗ, ਬਟ ਅੱਜ ਕੋਸ਼ਿਸ਼ ਕਰਦੇ ਹਾਂ। ਅਤੇ ਬਾਕੀ ਤੁਸੀਂ ਆਪਦਾ ਓਪੀਨੀਅਨ ਦੇਣਾ ਵੀ ਕਿਵੇਂ ਸਹੀ ਰਿਹਾ ਕਿ ਗਲਤ ਰਿਹਾ, ਹੈ ਨਾ। ਚਲੋ ਆਪਾਂ ਸਟਾਰਟ ਕਰਦੇ ਹਾਂ ਫਿਰ। ਟਾਈਮ ਤੁਹਾਡਾ ਹੁਣ ਘੱਟ ਤੋਂ ਘੱਟ ਲੈਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਕਿਸੇ ਵੀਡੀਓ 'ਚ 10 ਮਿੰਟ, ਕਿਸੇ 'ਚ 12 ਮਿੰਟ ਤੁਹਾਡਾ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ, ਤਾਂ ਆਪਾਂ ਟਾਈਮ ਤੁਹਾਡਾ ਘੱਟ ਹੀ ਲਵਾਂਗੇ। ਆਪਾਂ ਸਟਾਰਟ ਕਰਦੇ ਹਾਂ, ਬਾਕੀ ਗੱਲਾਂ ਫਿਰ ਕਰਾਂਗੇ ਜੇ ਟਾਈਮ ਵੇਸਟ ਹੋ ਗਿਆ ਤਾਂ। ਜੋ ਸਾਡੇ ਬਾਰੇ ਭੌਂਕਦੀਆਂ ਉਹ ਲਗੜੇ ਕਤੀੜਾਂ ਨੇ, ਸਾਡੇ ਬਾਰੇ ਭੌਂਕਦੀਆਂ ਉਹ ਲਗੜੇ ਕਤੀੜਾਂ ਨੇ, ਜੋ ਬੈਂਕ ਤੇ ਗੱਲਾਂ ਕਰਦੇ ਸਾਲੇ ਸਾਰੇ ਲੀਰਾਂ ਨੇ, ਜੋ ਬੈਂਕ ਤੇ ਗੱਲਾਂ ਕਰਦੇ ਸਾਰੇ ਸਾਲੇ ਲੀਰਾਂ ਨੇ। ਯਾਰ ਤੇਰਾ ਤਰ ਰੱਖਦਾ ਏ ਗੰਡਾ ਸਿਰ ਚੰਡ ਕੁੜੇ, ਫੇਕ ਆਈ ਡੀ ਤੋਂ ਕਰਦੇ ਮੈਸੇਜ ਨਿਰੇ ਹੀ ਗੰਦ ਕੁੜੇ, ਫੇਕ ਆਈ ਡੀ ਤੋਂ ਕਰਦੇ ਮੈਸੇਜ ਨਿਰੇ ਹੀ ਗੰਦ ਕੁੜੇ। ਮੈਂ ਸਭ ਦਾ ਕਰੂਨ ਤਾਰਾ, ਸਭ ਦਾ ਕਰੂਨ ਤਾਰਾ ਜੋ ਸਾਡੇ ਨਾਲ ਖੇਂਦੇ ਆ, ਪਰਚੇ ਦਾ ਕੀ ਮਸਲਾ ਮਰਦਾਂ ਤੇ ਹੀ ਪੈਂਦੇ ਆ, ਪਰਚੇ ਦਾ ਕੀ ਮਸਲਾ ਮਰਦਾਂ ਤੇ ਹੀ ਪੈਂਦੇ ਆ, ਉਹ ਪਰਚੇ ਦਾ ਕੀ ਮਸਲਾ ਮਰਦਾਂ ਤੇ ਹੀ ਪੈਂਦੇ ਆ। ਕੱਲ ਥਾਟੀ ਦੀ ਗੰਨ ਲਿਆਇਆ ਪੂਰੇ 4-75 ਦੀ, ਥਾਟੀ ਦੀ ਗੰਨ ਲਿਆਇਆ ਪੂਰੇ 4-75 ਦੀ, ਕਿਵੇਂ ਦੇ ਜੂਗੀ ਧੋਖਾ ਬਣੀ ਚੰਦਣ ਦੀ ਲੱਕੜ ਦੀ, ਆਓ ਕਿਵੇਂ ਦੇ ਜੂਗੀ ਧੋਖਾ ਬਣੀ ਚੰਦਣ ਦੀ ਲੱਕੜ ਦੀ। ਜੋ ਫੰਨ ਚਲਾਉਂਦੇ ਸੱਪ ਸੁੱਤੇ ਹੀ ਲੈਣੇ ਨਾ ਪਕੁੜੇ, ਗੇਮ ਵੈਰੀ ਦੀ ਪੜ ਜਾਂਦੀ ਆ ਭਾਰ ਖੂ ਅੱਖ ਕੁੜੇ, ਆਓ ਗੇਮ ਵੈਰੀ ਦੀ ਪੜ ਜਾਂਦੀ ਆ ਭਾਰ ਖੂ ਅੱਖ ਕੁੜੇ। ਨਹੀਂ ਸਾਨੂੰ ਪਰਵਾਹ, ਨਹੀਂ ਸਾਨੂੰ ਪਰਵਾਹ ਲੋਕ ਜੋ ਸਾਨੂੰ ਕਹਿੰਦੇ ਆ, ਪਰਚੇ ਦਾ ਕੀ ਮਸਲਾ ਮਰਦਾਂ ਤੇ ਹੀ ਪੈਂਦੇ ਆ, ਉਹ ਪਰਚੇ ਦਾ ਕੀ ਮਸਲਾ ਮਰਦਾਂ ਤੇ ਹੀ ਪੈਂਦੇ ਆ, ਪਰਚੇ ਦਾ ਕੀ ਬੱਲਿਆ ਮਰਦਾਂ ਤੇ ਹੀ ਪੈਂਦੇ ਆ, ਉਹ ਪਰਚੇ ਦਾ ਕੀ ਬੱਲਿਆ ਮਰਦਾਂ ਤੇ ਹੀ ਪੈਂਦੇ ਆ। ਉਹ ਖੌਫ ਜੇਲ ਦਾ ਉਹਨੂੰ ਜੀਣੇ ਪੈਂਦੀ ਵੇਰ ਜਾਣਾ, ਖੌਫ ਜੇਲ ਦਾ ਉਹਨੂੰ ਜੀਣੇ ਪੈਂਦੀ ਵੇਰ ਜਾਣਾ, 10 ਵਾਰੀ ਜਾ ਚੁੱਕਿਆ ਮੈਂ ਹੁਣ 11ਵੀਂ ਫਿਰ ਜਾਣਾ, ਆਓ 10 ਵਾਰੀ ਜਾ ਚੁੱਕਿਆ ਮੈਂ ਹੁਣ 11ਵੀਂ ਫਿਰ ਜਾਣਾ। ਪਤਲੰਗ ਜਿੱਧਰ ਦੀ ਲੰਘਣਾ ਰਸਤੇ ਲੈਣੇ ਰੁਕ ਕੁੜੇ, ਆਓ ਜਿੱਥੇ ਮਿਲ ਕੇ ਸੌਂ ਤੇਰੀ ਦੇਣੇ ਠਾਡਾ ਰੁਕ ਕੁੜੇ, ਆਓ ਜਿੱਥੇ ਮਿਲ ਕੇ ਸੌਂ ਤੇਰੀ ਦੇਣੇ ਠਾਡਾ ਰੁਕ ਕੁੜੇ। ਸਭ ਕਰ ਲੈ ਪਤਾ ਟਿਕਾਣੇ, ਕਰ ਲੈ ਪਤਾ ਟਿਕਾਣੇ ਜਿੱਥੇ ਜਾ ਜਾ ਬੈਂਦੇ ਆ, ਪਰਚੇ ਦਾ ਕੀ ਮਸਲਾ ਮਰਦਾਂ ਤੇ ਹੀ ਪੈਂਦੇ ਆ, ਪਰਚੇ ਦਾ ਕੀ ਮਸਲਾ ਮਰਦਾਂ ਤੇ ਹੀ ਪੈਂਦੇ ਆ, ਉਹ ਪਰਚੇ ਦਾ ਕੀ ਬਲਿਆ ਮਰਦਾਂ ਤੇ ਹੀ ਪੈਂਦੇ ਆ। ਨਾ ਅੱਜ ਤੱਕ ਕਰੀ ਨਜਾਇਜ਼ ਸਾਥ ਤਾਂ ਹੀ ਦਿੰਦਾ ਪਿੰਡ ਮੇਰਾ, ਨਾ ਅੱਜ ਤੱਕ ਕਰੀ ਨਜਾਇਜ਼ ਸਾਥ ਤਾਂ ਹੀ ਦਿੰਦਾ ਪਿੰਡ ਮੇਰਾ, ਮੈਂ ਜਾਣਦਾ ਗੋਲੀ ਨਾਲ ਹੀ ਹੋਣਾ ਐਂਡ ਮੇਰਾ, ਪਰ ਮੈਂ ਜਾਣਦਾ ਗੋਲੀ ਨਾਲ ਹੀ ਹੋਣਾ ਐਂਡ ਮੇਰਾ। ਜੋ ਪੁੱਛਣਾ ਤੂੰ ਪੁੱਛ ਯਾਰ ਤੇਰਾ ਬਿਲਕੁਲ ਸੱਚ ਦੱਸੂ, ਜੋ ਪੁੱਛਣਾ ਤੂੰ ਪੁੱਛ ਯਾਰ ਤੇਰਾ ਬਿਲਕੁਲ ਸੱਚ ਦੱਸੂ, ਆਓ ਮੈਂ ਜੋ ਖੱਟਿਆ ਸਿਵਿਆਂ ਵੱਲ ਨੂੰ ਜਾਂਦਾ ਘੱਟ ਦੱਸੂ, ਬਾਕੀ ਮੈਂ ਜੋ ਖੱਟਿਆ ਸਿਵਿਆਂ ਵੱਲ ਨੂੰ ਜਾਂਦਾ ਘੱਟ ਦੱਸੂ। ਕੋਈ ਲੈ ਨਹੀਂ ਸਕਦਾ ਜਿੱਦਾਂ, ਲੈ ਨਹੀਂ ਸਕਦਾ ਜਿੱਦਾਂ ਜੱਟ ਨਜ਼ਾਰੇ ਲੈਂਦੇ ਆ, ਪਰਚੇ ਦਾ ਕੀ ਮਸਲਾ ਮਰਦਾਂ ਤੇ ਹੀ ਪੈਂਦੇ ਆ, ਉਹ ਪਰਚੇ ਦਾ ਕੀ ਬੱਲਿਆ ਮਰਦਾਂ ਤੇ ਹੀ ਪੈਂਦੇ ਆ, ਉਹ ਪਰਚੇ ਦਾ ਕੀ ਬੱਲਿਆ ਮਰਦਾਂ ਤੇ ਹੀ ਪੈਂਦੇ ਆ। ਹਾਂਜੀ, ਕਿਵੇਂ ਲੱਗਿਆ ਗਾਣਾ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸੋ। ਤੇ ਬਾਕੀ ਜਦੋਂ ਵੀ ਮੈਂ ਕੋਈ ਗਾਣਾ ਪਾਉਣਾ ਜਿਹਦੇ 'ਚ ਮਤਲਬ ਵਾਇਲੈਂਸ ਵਾਲੀ ਕੋਈ ਗੱਲ ਹੁੰਦੀ ਹੈ, ਤੇ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਰਾਈਟ ਮੈਸੇਜ ਜ਼ਰੂਰ ਦਿੰਦਾ ਹੁੰਦਾ, ਤੇ ਇਹ ਕਿਵੇਂ ਹੋ ਸਕਦਾ ਵੀ ਇਸ ਗਾਣੇ ਬਾਰੇ ਨਾ ਦਿੱਤੀ, ਹੈ ਨਾ। ਮੈਸੇਜ ਮੈਸੇਜ ਤਾਂ ਤੁਹਾਡਾ ਸਾਰਿਆਂ ਦਾ ਰਾਈਟ ਹੈ ਵੀ ਤੁਹਾਨੂੰ ਦੇਣਾ ਵੀ ਚਾਹੀਦਾ, ਵੀ ਜਿਵੇਂ ਗਾਣੇ ਸੁਣ ਕੇ ਗੈਂਗਸਟਰਾਂ ਵਾਲੇ ਤੇ ਜਵਾਨ ਨੌਜਵਾਨ ਆਪਣੇ ਜਿਹੜੇ ਮੇਰੀ ਉਮਰ ਦੇ ਹੈਗੇ ਵਿਗੜੀ ਜਾਂਦੇ ਆ, ਉਹਨਾਂ ਵਾਸਤੇ ਮੈਸੇਜ ਹੈ ਇਹ ਵੀ ਇਸ ਗਾਣੇ 'ਚ ਇੱਕ ਲਾਈਨ ਆਈ ਹੈ ਵੀ ਨਾ ਅੱਜ ਤੱਕ ਕਰੀ ਨਹੀਂ ਜਾਏ ਸਾਥ ਤਾਂ ਹੀ ਦਿੰਦਾ ਪਿੰਡ ਮੇਰਾ, ਮੈਂ ਜਾਣਦਾ ਗੋਲੀ ਨਾਲ ਹੀ ਹੋਣਾ ਐਂਡ ਮੇਰਾ। ਇਹਦਾ ਮਤਲਬ ਪਤਾ ਕੀ ਹੈ, ਮੈਂ ਜਾਣਦਾ ਗੋਲੀ ਨਾਲ ਹੀ ਹੋਣਾ ਐਂਡ ਮੇਰਾ, ਉਹਨੂੰ ਪਤਾ ਹੈ
एक गैंगस्टर की स्टोरी दिखाई गई है इस गाने च कि वह गैंगस्टर को पता भी मेरा एंड गोली ही है, ये गल सच है, गैंगस्टर का एंड गोली होती है, भावें तो वह गैंग वॉर हो, भावें पुलिस एनकाउंटर हो, भावें जो मान के चलो भी कोई गैंगस्टर है कोई वड्डी गैंग है किसी अमीर बंदे लुट्टन जावड़े राह चो घेर लिया वो कोल असला वो सैल्फ डिफेंस च वार करूगा भावें सैल्फ डिफेंस हो, एंड गैंगस्टर का गोली ही है, क्योंकि जेडे कहते ना दिल तो साढ़े नानके है जी उन्होंने एंड फिर आही होंगे गैंग वॉर या पुलिस एनकाउंटर गोली वाई होंगी उन्होंने। इस करके मेरे जिन्हें भी तुसी गाने सुन के फीलिंग लें गैंगस्टर वालियाँ ये ना लिया करो, ये फीलिंग ही मरवाई है आप मुड़ के आप कसूर कढ़ दें दूजे का कि बई कलाकार ने ही ऐ करता, कलाकार थोड़े घरे आके तो थोड़ा दो नंबर का असला नहीं फड़ा के जाते, ये गल सच है भी गाण का असर पैदा, ठीक है ये गल सच है भी गाने देख के गाने सुन के माहौल बनता है तो वो जो गाने बन गए, पर गाने किवें बनते माहौल तो ही गाने बनते, माहौल तो गाने किवें बनते हैं जिवें कि किसान अंदोलन, तुसीं मैनूं इह दस्सो भी गाने सुन के किसान अंदोलन शुरू होया सी कि किसान अंदोलन ते गाने बने सी, किसान अंदोलन ते गाने बने सीगे फिर किसान अंदोलन वाला माहौल बनया सी, मतलब गाने तो माहौल बनता तो माहौल तो गाना बनता, ये चीज है कुछ होना भी है तो कुछ लोग पल्ले भी पा देंगे तो बगानी झाकी मरवाई होंगी। हम आप रेंदे टाइम से गल करिए जिमें किसान मजदूर कहते भी धक्का हो रहा हम पंचायती जमीन के नजायज कब्जे छड़ाने के लिए वो नाते कहते किसान मजदूर धक्का हो जाए तो किसान यूनियन वाले फिर मीटिंग करे कहते पंजाब सरकार वो बारे यार आप एक ही गल कह सकते हैं भी ठीक है तुम पंचायती थान छड़ा है छड़ाओ पंचायती थान जरूर छड़ाओ पर जिन्हों सरकार ने लीगल रजिस्ट्रेशन दिती हुई है लीगल राइट दिता उत्थे रहने का जिहड़ा बेचारा जिहदे कोल इन्ने पैसे भी हैं भी मुड़ के आपका घर पा सके उन्होंने तो कुछ ना कहो यार जिन्हें लीगल रजिस्ट्री कराई है भावें वह दो मरलिया की है भावें वह भी किलिया की है जिन्हें लीगल उत्थे रजिस्ट्री कराई है प्लीज यार उन्होंने तो ना परेशान करो क्योंकि मैं एक गल सुनी सी कितने कोई बंदा कहता भी साडा मेरे याद नहीं कितने मिले हाँ सुनी सी गल मैं कि जो मैं करवा गया कटिंग करवा गया हाँ मैं याद आ गया तो उत्थे मैं सुनी भी कोई बंदा कहते यार साडा घर है जो जमा ही मतलब शाम लाट जा रहा है तो उन्होंने खाली करवा फिरते यार मेरे जहाँ का जमीन सारा तो छुड़ा आए भी कर उन्हें भी कर मैं क्या यार भी बंदे पूछा जो नाम दिन मैं कहता कि केस है जिसे को कटिंग करवा गया उन्होंने पूछा कहता यार मेरे यहाँ केस तो आए हैं भी जिहड़े पता नहीं दो को मरले थान है तो वो भी सरकार है तो कौन करते हैं दो मरले दस ज्यादा दसा होना मेरे को याद नहीं तो कहते भी थान कौन करती है सरकार तो मैं क्या यहाँ काम जमीन जमून ये कोई कि जमीन तो दिहाड़ी है दिहाड़ीदार बंदा बेचारा मैं क्या फिर तो गरीब ना धक्का ही है धक्का ही हो गरीब ना फिर तो गरीब ना धक्का ना करो जमीन छड़ानी है तो लैंड माफिया छड़ाओ जो 100-100 किले दब के रियल स्टेट का बादशाह बनया करता कलोनिया कट के उन्होंने छड़ाओ जिदे को नजायज कब्जा गरीब प्लीज तंग ना करो रिक्वेस्ट है थोनू गरीबा ने ही वोटा पा के दिता है तो उन्हें गरीबा की जो रोटी चलत मारोंगे ना तो कैप्टन का 5 साल पूरे होने तो पहले ही तिलक गया सर मैं लगता थोड़े तो 5 महीने नहीं कट्टे जाने अज तक बाकी समझदार हो तो एक यार गल ये कोई समाजिक मुद्दा नहीं है भी एक यार मैं लग्या भी गल करनी चाहिए मैं थोड़ा पहला भी कि यार क्या भी जरूरी गल करा करा यार फतेहवीर वाली घटना तो आप कोई सबक नहीं है ना जब फतेहवीर बाई चले थे ना 3-4-7-19 की गल है 2019 फतेहवीर वाले सारे याद है कि होया सी ना फिर भी आप उस गल तो कदम कोई सबक नहीं है एक बच्चा फिर अच्छा
ਇੱਧਰ ਪਤਾ ਨਹੀਂ ਹੁਸ਼ਿਆਰਪੁਰ ਵਾਲੀ ਸਾਈਡ ਕਿ ਕਿੱਥੇ ਹੁਣ ਮੇਰੇ ਏਰੀਆ ਯਾਰ ਨਹੀਂ, 6 ਸਾਲ ਦਾ ਬੱਚਾ ਕੱਲ੍ਹ ਬੋਰਵੈਲ 'ਚ ਡਿੱਗ ਪਿਆ, 100 ਫੁੱਟ ਡੂੰਘੇ ਬੋਰ 'ਚ ਡਿੱਗ ਪਿਆ ਅਤੇ ਉਹਦੀ ਮੌਤ ਹੋ ਗਈ। ਕਿਹੜੇ ਦੁੱਖ ਦੀ ਗੱਲ ਹੈ। ਅਤੇ ਹੁਣ ਸਰਕਾਰ ਉਹਦੇ ਪਰਿਵਾਰ ਨੂੰ ਮੁਆਵਜ਼ਾ ਦੇ ਰਹੀ ਹੈ, ਮੁਆਵਜ਼ੇ ਨਾਲ ਉਹਨਾਂ ਦਾ ਜਵਾਬ ਤਾਂ ਨਹੀਂ ਵਾਪਸ ਆਉਣਾ, ਪਰ ਫਿਰ ਵੀ ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ। ਪਰ ਇੱਥੇ ਗਲਤੀ ਕਿਹਦੀ ਹੈ, ਸਰਕਾਰ ਦੀ ਹੈ, ਆਪਣੀ ਸਾਰਿਆਂ ਦੀ ਗਲਤੀ ਹੈ, ਜਿਹੜੇ ਨਹੀਂ ਕੱਟ ਸਕੇ ਉਹਨਾਂ ਦੀ ਹੈ ਨਾ। ਗਲਤੀ ਕਿਹਦੀ ਹੈ, ਗਲਤੀ ਜਿਹਦੀ ਮਰਜ਼ੀ ਹੋਵੇ ਇਹ ਮੈਟਰ ਨਹੀਂ ਕਰਦਾ, ਜਿਹੜਾ ਜਵਾਕ ਗਿਆ ਉਹ ਤਾਂ ਮੁੜਦਾ ਨਹੀਂ। ਪਰ ਕਹਿੰਦੇ ਵੀ ਉਹ ਬੋਰ ਖਰਾਬ ਸੀਗਾ, ਅਤੇ ਜੇ ਬੋਰ ਖਰਾਬ ਸੀ ਹੁਣ ਜੋ ਬੋਰ ਨੂੰ ਤੁਸੀਂ ਮਿੱਟੀ ਪਾ ਕੇ ਬੰਦ ਕਰੀ ਜਾਂਦੇ ਜਦੋਂ ਬੱਚੇ ਦੀ ਮੌਤ ਹੋ ਗਈ ਜਦੋਂ ਪਹਿਲਾਂ ਕਰ ਦਿੰਦੇ ਇਹ ਨਹੀਂ ਠੀਕ ਸੀ। ਆਪਾਂ ਨੂੰ ਜਿੰਨਾ ਚਿਰ ਆਪਣਾ ਕੋਈ ਨੁਕਸਾਨ ਨਹੀਂ ਹੁੰਦਾ ਨਾ ਉਨਾ ਚਿਰ ਆਪਾਂ ਨੂੰ ਪਤਾ ਨਹੀਂ ਲੱਗਦਾ ਗਾ, ਜਿੰਨਾ ਚਿਰ ਆਪਣਾ ਆਪਦਾ ਨੁਕਸਾਨ ਹੁੰਦਾ। ਐਕਸੀਡੈਂਟ ਹੁੰਦੇ ਆ, ਐਕਸੀਡੈਂਟਲੀ ਡੈਥ ਹੋਈ ਸੀ ਉਹਦੀ, ਕੁੱਤੇ ਤੋਂ ਬਚਦਾ ਸੀਗਾ, ਐਕਸੀਡੈਂਟ ਹੁੰਦੇ ਰਹੇ ਆ, ਕਿਹਦੇ ਨਾਲ ਨਹੀਂ ਹੁੰਦਾ ਐਕਸੀਡੈਂਟ, ਕਿਹਦਾ ਨਹੀਂ ਹੁੰਦਾ ਗਾ। ਐਕਸੀਡੈਂਟਲ ਡੈਥ ਸੀਗੀ ਬੇਸ਼ੱਕ ਦੀ, ਪਰ ਫਿਰ ਵੀ ਉਹਦੀ ਐਕਸੀਡੈਂਟਲ ਡੈਥ ਸੀਗੀ, ਪਰ ਫਿਰ ਵੀ ਤੁਸੀਂ ਆਪਾਂ ਕੋਸ਼ਿਸ਼ ਤਾਂ ਕਰ ਸਕਦੇ ਸੀਗੇ ਨਾ, ਉਦੋਂ ਬੰਦ ਕਰ ਸਕਦੇ ਸੀਗੇ। ਹੁਣ ਗਲਤੀ ਕਿਹਦੀ ਗਿਣੋਗੇ, ਕੋਈ ਕਹੂਗਾ ਬੋਰ ਵਾਲੇ ਦੀ ਗਲਤੀ, ਉਹਨੇ ਬੋਰ ਖੁੱਲ੍ਹਾ ਛੱਡਿਆ ਸੀ, ਕੋਈ ਕਹੂਗਾ ਮਾਂ ਪਿਓ ਦੀ ਗਲਤੀ, ਉਹਨਾਂ ਨੇ ਜਵਾਕ ਦਾ ਧਿਆਨ ਨਹੀਂ ਰੱਖਿਆ, ਕੋਈ ਕਹੂਗਾ ਸਰਕਾਰ ਦੀ ਗਲਤੀ ਹੈ ਜੀ। ਹੁਣ ਗਲਤੀ ਕਿਸੇ ਦੀ ਵੀ ਹੋਵੇ, ਜਿਹਦਾ ਗਿਆ ਉਹਦਾ ਤਾਂ ਨਹੀਂ ਵਾਪਸ ਆਉਂਦਾ। ਇਸ ਕਰਕੇ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਿਆ ਕਰੋ ਵੀਰੇ, ਅਤੇ ਬਾਕੀ ਠੀਕ ਹੈ। ਆਪਣਾ ਚੈਨਲ ਕੋਈ ਸਾਹਿਬ ਜਾਂ ਸੰਤ ਮਹਾਤਮਾ ਵਾਲਾ ਨਹੀਂ ਹੈਗਾ, ਆਪਣਾ ਤਾਂ ਬਿਜ਼ਨਸ ਹੈ। ਹਾਂ ਕਦੇ ਕੋਈ ਗੱਲ ਚੰਗੀ ਲੱਗਦੀ ਆਪਾਂ ਜ਼ਰੂਰ ਬੋਲਦੇ ਹਾਂ ਵੀ ਬੋਲਣੀ ਚਾਹੀਦੀ ਹੈ, ਆਪ ਨੂੰ ਜਦੋਂ ਲੱਗਦਾ, ਲੋਕਾਂ ਪਿੱਛੇ ਲੱਗ ਕੇ ਨਹੀਂ ਬੋਲਦੇ, ਆਪ ਨੂੰ ਲੱਗਦਾ ਤਾਂ ਬੋਲਣਾ ਚਾਹੀਦਾ ਤਾਂ ਬੋਲਦੇ ਹਾਂ, ਠੀਕ ਹੈ ਵੀਰੇ। ਅਤੇ ਆਪਾਂ ਕਿਸੇ ਨੂੰ ਮਾੜਾ ਵੀ ਨਹੀਂ ਬੋਲਦੇ ਗੇ। ਚਲੋ ਮਿਲਦੇ ਹਾਂ ਨੈਕਸਟ ਵੀਡੀਓ 'ਚ, ਅਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਸਬਸਕ੍ਰਾਈਬ ਜਿਹਨੇ ਜਿਹਨੇ ਕਰ ਲਿਆ ਥੈਂਕ ਯੂ, ਜਿਹਨੇ ਨਹੀਂ ਕੀਤਾ ਪਲੀਜ਼ ਕਰੋ। ਅਤੇ ਇੰਸਟਾਗ੍ਰਾਮ 'ਤੇ ਆਪਣੀ ਆਈ ਡੀ ਹੈਗੀ ਹੈ MAND_WPKSC37, ਉਹ ਵੀ ਫੋਲੋ ਕਰੋ। ਅਤੇ ਬੈੱਲ ਆਈਕਨ ਜਿਹੜਾ ਹੁੰਦਾ ਨਾ ਆਲ ਨੋਟੀਫਿਕੇਸ਼ਨ 'ਤੇ ਸੈੱਟ ਕਰਦਿਆ ਕਰੋ। ਅਤੇ ਇੱਕ ਹੋਰ ਭਰਾ ਨੇ ਆਪਾਂ ਨੂੰ ਇੱਕ ਫਰਮਾਇਸ਼ ਕੀਤੀ ਸੀਗੀ ਵੀਰੇ, ਜਲਦੀ ਪੂਰੀ ਕਰਾਂਗੇ ਉਹ ਵੀ। ਅਤੇ ਓਕੇ, ਥੈਂਕ ਯੂ, ਸਤਿ ਸ਼੍ਰੀ ਅਕਾਲ, ਅਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ। ਬਾਕੀ ਧਿਆਨ ਰੱਖਿਓ ਆਪੋ ਆਪਣਾ ਸਾਰੇ ਜਾਣੇ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਨੁਕਸਾਨ ਤੋਂ ਬਚਾਈ ਰੱਖੇ ਹਰ ਤਰ੍ਹਾਂ ਦੇ, ਤੋਂ ਚਾਹੇ ਕੋਈ ਵੀ ਨੁਕਸਾਨ ਹੋਵੇ।